ਧਾਰਮਿਕ ਪ੍ਰੀਖਿਆ ਵਾਸਤੇ ਬੱਚਿਆਂ ਨੂੰ ਕਾਫੀ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਵੇਲੇ ਵੀ ਧਾਰਮਿਕ ਪ੍ਰੀਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਈ ਜਾ ਰਹੀ ਹੈ। ਸਰਦਾਰ ਸੁਰਜੀਤ ਸਿੰਘ ਜੀ ਜੋ ਕਿ ਪ੍ਰਚਾਰਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਦੇ ਸੰਚਾਲਨ ਕਰਵਾ ਰਹੇ ਨੇ। ਇਸ ਵੇਲੇ ਇਹਨਾਂ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਕਰਵਾਉਂਦੇ ਜੀ। ਇਹ ਵੀਰ ਜੀ, ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ। ਇਸ ਸਾਲ 1,10,000 ਵਿਦਿਆਰਥੀ ਨੇ ਫਾਰਮ ਭਰੇ ਸੀ, ਜਿਹਦੇ ਵਿੱਚੋਂ ਵੱਖ ਵੱਖ ਥਾਵਾਂ ਦੇ ਤਕਰੀਬਨ 1,000 ਤੋਂ ਵੱਧ ਸੈਂਟਰ ਬਣਾਇਆ ਗਿਆ, ਜਿੱਥੇ ਵੱਖ ਵੱਖ ਥਾਵਾਂ 'ਤੇ ਬੱਚਿਆਂ ਦੀ ਜਿਹੜੀ ਉਹ ਧਾਰਮਿਕ ਪ੍ਰੀਖਿਆ ਲਈ ਜਾ ਰਹੀ ਆ। ਅੱਜ ਇੱਥੇ ਸੰਤ ਬਾਬਾ ਲਾਭ ਸਿੰਘ ਸਕੂਲ ਦੇ ਵਿੱਚ ਧਾਰਮਿਕ ਪ੍ਰੀਖਿਆ ਲੈਣ ਦੀ ਸਾਡੀ ਡਿਊਟੀ ਲੱਗੀ ਸੀ। ਸੋ ਮੇਰੇ ਨਾਲ ਸਰ ਅਮਰਜੀਤ ਸਿੰਘ ਜੀ ਸੁਪਰਡੈਂਟ ਆਏ ਨੇ, ਉਹ ਵੀ ਆਪ ਜੀ ਦੇ ਨਾਲ ਆਪਣੇ ਵਿਚਾਰ ਰੱਖਣਗੇ। ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ 60% ਤੋਂ ਵੱਧ ਮਾਰਕਸ ਵਿਦਿਆਰਥੀ ਲੈਂਦੇ ਆ ਉਹਨਾਂ ਨੂੰ 1100 ਰੁਪਇਆ ਦਿੰਦੀ ਆ, ਔਰ ਜਿਹੜੇ ਫਸਟ ਸੈਕਿੰਡ ਥਰਡ ਆਉਂਦੇ ਆ ਉਹਨਾਂ ਨੂੰ 5100, 4100, 3100 ਇਸ ਤਰ੍ਹਾਂ ਜਿਹੜੀ ਆ ਉਹ ਪੈਸੇ ਦਿੱਤੇ ਜਾਂਦੇ ਆ, ਤਾਂ ਕਿ ਬੱਚਿਆਂ ਨੂੰ ਇਕਨੋਮਿਕਲੀ ਜਿਹੜੀ ਆ ਉਹ ਹੈਲਪ ਹੋ ਸਕੇ। ਇਹਨਾਂ ਦਾ ਬੜਾ ਪਹਿਲੇ ਦਰਜੇ ਦਾ 500 ਰੁਪਇਆ ਦਾਖਲਾ ਹੁੰਦਾ, ਦੂਸਰੇ ਦਰਜੇ ਦਾ 10 ਰੁਪਏ ਦਾਖਲਾ ਰੱਖਿਆ ਜਾਂਦਾ, ਔਰ ਪਹਿਲੇ ਦਰਜੇ ਵਿੱਚ 1100 ਰੁਪਇਆ 60% ਤੋਂ ਵੱਧ, ਦੂਜੇ ਦਰਜੇ ਦੇ ਵਿੱਚ ਜਿਹੜਾ ਉਹ 2100 ਰੁਪਇਆ ਵਿਦਿਆਰਥੀਆਂ ਨੂੰ ਜਿਹੜਾ ਉਹ ਦਿੱਤਾ ਜਾਂਦਾ ਵਜ਼ੀਫੇ ਦੇ ਤੌਰ 'ਤੇ, ਜਿਹੜੇ ਵੀ ਵਿਦਿਆਰਥੀ 60% ਤੋਂ ਵੱਧ ਮਾਰਕਸ ਲੈਂਦੇ ਆ। ਔਰ ਇਸੇ ਤਰ੍ਹਾਂ ਤੀਜੇ ਦਰਜੇ ਦੇ ਵਿੱਚ ਜਿਹੜੇ ਵਿਦਿਆਰਥੀ 60% ਤੋਂ ਵੱਧ ਮਾਰਕਸ ਲੈਂਦੇ ਉਹਨਾਂ ਨੂੰ 3100 ਰੁਪਇਆ ਦਿੱਤਾ ਜਾਂਦਾ, ਜਿਹੜੇ ਚੌਥੇ ਦਰਜੇ ਦੇ ਵਿੱਚ 60% ਤੋਂ ਵੱਧ ਮਾਰਕਸ ਲੈਂਦੇ ਵਿਦਿਆਰਥੀ ਉਹਨਾਂ ਨੂੰ 4100 ਰੁਪਇਆ ਦਿੱਤਾ ਜਾਂਦਾ। ਇਹ ਪਹਿਲਾ, ਦੂਜਾ ਅਤੇ ਤੀਜਾ ਅਤੇ ਚੌਥਾ ਦਰਜੇ ਦੇ 4 ਦਰਜੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ। 5, 10, 15 ਅਤੇ 20 ਇਹ ਕ੍ਰਮਵਾਰ ਜਿਹੜੇ ਆ ਉਹ ਬੱਚਿਆਂ ਦੇ ਦਾਖਲਾ ਫੀਸ ਆ। ਜਿਹੜੇ ਵਿਦਿਆਰਥੀ ਇਹਦੇ ਵਿੱਚ ਭਾਗ ਲੈਂਦੇ ਆ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਆ, ਕਾਫੀ ਦੂਰਾਂ ਦੂਰਾਂ ਤੋਂ, ਤਕਰੀਬਨ ਬਾਹਰਲੀਆਂ ਸਟੇਟਾਂ ਵਿੱਚੋਂ ਵੀ ਕਾਫੀ ਵਿਦਿਆਰਥੀ ਭਾਗ ਲੈਂਦੇ ਆ, ਪੰਜਾਬ ਦੇ ਵਿੱਚੋਂ ਵੀ ਕਾਫੀ, ਇਸ ਵਾਰ ਪੰਜਾਬ ਦੇ ਵਿੱਚੋਂ ਹੀ ਤਕਰੀਬਨ 1,00,000 ਵਿਦਿਆਰਥੀ ਹੋ ਗਿਆ। ਅਤੇ ਸਾਨੂੰ ਉਮੀਦ ਹੈ ਕਿ ਅਗਲੇ ਸਾਲ ਜਿਹੜਾ ਆ ਇਹ ਤਕਰੀਬਨ 2,00,000 ਦੇ ਆਸ ਪਾਸ ਵਿਦਿਆਰਥੀ ਜਿਹੜਾ ਆ ਉਹ ਧਾਰਮਿਕ ਪ੍ਰੀਖਿਆ ਦੇ ਵਿੱਚ ਭਾਗ ਲਵੇਗਾ। ਇਹ ਚੜ੍ਹਦੀ ਕਲਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਬੱਚਿਆਂ ਦੇ ਉੱਤੇ ਜਿਹੜਾ ਵਿਸ਼ੇਸ਼ ਧਿਆਨ ਦੇ ਰਹੀ ਹੈ ਕਿ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਿਆ ਜਾਵੇ, ਨਿਰੋਲ ਗੁਰਬਾਣੀ, ਗੁਰ ਇਤਿਹਾਸ, ਸਿੱਖ ਰਹਿਤ ਮਰਿਆਦਾ, ਸਿੱਖ ਇਤਿਹਾਸ ਬੱਚਿਆਂ ਨੂੰ ਦ੍ਰਿੜ ਕਰਾਇਆ ਜਾਵੇ, ਤਾਂ ਕਿ ਬੱਚੇ ਪੇਪਰ ਵੀ ਦੇਣ, ਉਤਸ਼ਾਹਿਤ ਵੀ ਹੋਣ ਅਤੇ ਗੁਰਬਾਣੀ ਦੇ ਨਾਲ ਵੀ ਜੁੜ ਜਾਣ, ਇਹ ਸਾਡੀ ਮਨਸ਼ਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ, ਧਰਮ ਦੇ ਪ੍ਰਤੀ ਹੋਰ ਸੁਚੇਤ ਅਵੇਅਰ ਕਰਨ ਦੇ ਵਾਸਤੇ ਜਿਹੜਾ ਇਹ ਧਾਰਮਿਕ ਪ੍ਰੀਖਿਆ ਦਾ ਉਪਰਾਲਾ ਸੱਚਮੁੱਚ ਬਹੁਤ ਸਲਾਹਣਯੋਗ ਹੈ, ਅਤੇ ਕਾਫੀ ਅੱਛੇ ਜਿਹੜੇ ਪ੍ਰੋਤਸਾਹਨ ਦੇਣ ਵਾਸਤੇ ਜਿਹੜੇ ਇਨਾਮ ਵੀ ਰੱਖੇ ਜਾਂਦੇ ਨੇ। ਸੋ ਸਾਡੇ ਨਾਲ ਸੁਪਰਡੈਂਟ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਉਹ ਵੀ ਮੌਜੂਦ ਨੇ, ਇਹਨਾਂ ਪਾਸੋਂ ਵੀ ਕੁਝ ਵਿਚਾਰ ਬੱਚਿਆਂ ਦੀ ਜੋ ਧਾਰਮਿਕ ਪ੍ਰੀਖਿਆ ਕੰਡਕਟ ਕਰ ਰਹੇ ਨੇ ਇਸ ਵੇਲੇ ਉਹਨਾਂ ਤੋਂ ਸਰਵਣ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਵਿਸ਼ਵ ਦੀ ਇੱਕ ਨਾਮਵਾਰ ਹਸਤੀ ਹੈ, ਹਰ ਸਾਲ ਬੱਚਿਆਂ ਦੀਆਂ ਧਾਰਮਿਕ ਪ੍ਰੀਖਿਆ ਕਰਵਾਉਂਦੀ ਹੈ, ਔਰ ਜਿੰਨੀ ਵੱਡੀ ਪੱਧਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੀਖਿਆਵਾਂ ਕਰਵਾਉਂਦੀ ਹੈ, ਸ਼ਾਇਦ ਹੀ ਕੋਈ ਦੁਨੀਆ ਦੀ ਮੈਨੇਜਮੈਂਟ ਜਿਹੜੀ ਹੈ ਉਹ ਇੰਨੀ ਵੱਡੀ ਪੱਧਰ 'ਤੇ ਪ੍ਰੀਖਿਆਵਾਂ ਕਰਵਾਉਂਦੀ ਹੋਵੇਗੀ। ਔਰ ਇਹਨਾਂ ਪ੍ਰੀਖਿਆਵਾਂ ਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ। ਹਰ ਸਾਲ ਬੱਚੇ ਗਿਣਤੀ ਬੱਚਿਆਂ ਦੀ ਹਰ ਸਾਲ ਵੱਧਦੀ ਜਾ ਰਹੀ ਹੈ। ਇਸ ਸਾਲ ਵੀ 1,10,000 ਦੇ ਕਰੀਬ ਬੱਚੇ ਅਪੀਅਰ ਹੋਏ ਨੇ, ਔਰ ਨੈਕਸਟ ਈਅਰ ਅਗਲੇ ਸਾਲ ਵੀ ਬੱਚਿਆਂ ਦਾ ਬਹੁਤ ਜ਼ਿਆਦਾ ਰੁਝਾਨ ਹੈ ਇਹਨਾਂ ਪ੍ਰੀਖਿਆਵਾਂ ਵਾਸਤੇ। ਔਰ ਸ਼੍ਰੋਮਣੀ ਕਮੇਟੀ ਜਿੱਥੇ ਬੱਚਿਆਂ ਨੂੰ ਧਾਰਮਿਕ ਖੇਤਰ ਦੇ ਵਿੱਚ ਗਿਆਨ ਵਿੱਚ ਵਾਧਾ ਕਰਨ ਵਾਸਤੇ ਪ੍ਰੀਖਿਆ ਲੈਂਦੀ ਹੈ, ਉੱਥੇ ਇਸ ਦੇ ਨਾਲ ਹੀ ਬੱਚਿਆਂ ਨੂੰ ਇਕਨੋਮਿਕਲੀ ਵੀ ਸਹਾਇਤਾ ਦਿੱਤੀ ਜਾਂਦੀ ਹੈ। ਜਿਹੜੇ ਬੱਚੇ ਚੰਗੀ ਪੁਜੀਸ਼ਨ ਲੈਂਦੇ ਨੇ ਉਹਨਾਂ ਨੂੰ ਚੰਗੇ ਵਜ਼ੀਫੇ ਦਿੱਤੇ ਜਾਂਦੇ ਨੇ, ਤਾਂ ਕਿ ਉਹਨਾਂ ਦੀ ਮਾਇਕੀ ਮਦਦ ਕੀਤੀ ਜਾ ਸਕੇ,
ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਬਹੁਤ ਧੰਨਵਾਦੀ ਹਾਂ ਜੋ ਕਿ ਇੰਨੇ ਵੱਡੇ ਪੱਧਰ 'ਤੇ ਇਹ ਐਗਜ਼ਾਮ ਕੰਡਕਟ ਕਰਦੇ ਨੇ ਔਰ ਬੱਚਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਨੇ ਔਰ ਬੱਚਿਆਂ ਦੀ ਮਾਇਕੀ ਸਹਾਇਤਾ ਵੀ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜੇ ਉਤਸ਼ਾਹ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹ ਪੇਪਰ ਦੇ ਰਹੇ ਨੇ। ਸੋ ਇਸ ਵਕਤ ਵੀ ਲਗਭਗ ਪੇਪਰ ਓਵਰ ਹੋਣ ਵਾਲਾ, ਕੁਝ ਬੱਚੇ ਜਿਹੜੇ ਪਿਛਲੇ ਐਗਜ਼ਾਮਸ ਦੇ ਵਿੱਚ ਵੀ ਜਿਨ੍ਹਾਂ ਨੇ ਹਿੱਸਾ ਲਿਆ ਸੀ ਅਤੇ ਅੱਛੀਆਂ ਪੁਜੀਸ਼ਨਾਂ ਹਾਸਲ ਕੀਤੀਆਂ, ਜਿਵੇਂ ਕਿ ਪ੍ਰਿੰਸੀਪਲ ਸਾਹਿਬ ਨੇ ਸਾਡੇ ਨਾਲ ਵਿਚਾਰ ਕੀਤੀ ਸੀ ਕਿ 125,000 ਦੇ ਕਰੀਬ ਵਜ਼ੀਫੇ ਜਿਹੜੇ ਨੇ ਪਿਛਲੇ ਸਾਲ ਦੀ ਜਿਹੜੀ ਧਾਰਮਿਕ ਪ੍ਰੀਖਿਆ ਸੀ ਉਹਦੇ ਵਿੱਚੋਂ ਬੱਚਿਆਂ ਨੇ ਪ੍ਰਾਪਤ ਕੀਤੇ ਨੇ। ਸੋ ਇੱਥੋਂ ਹੀ ਅੰਦਾਜ਼ਾ ਹੋ ਜਾਂਦਾ ਕਿ ਬੱਚਿਆਂ ਦਾ ਕਾਫੀ ਇੰਟਰਸਟ ਇਸ ਪੱਖ ਤੋਂ ਹੈ। ਇਸ ਪੱਖ ਵੀ ਕਿਉਂਕਿ ਪੇਪਰ ਲਗਭਗ ਇਸ ਵੇਲੇ ਖਤਮ ਹੋਣ ਵਾਲਾ, ਅਸੀਂ ਇਹਨਾਂ ਬੱਚਿਆਂ ਦੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰਦੇ ਹਾਂ। ਇੱਥੇ ਇਹ ਬੱਚੀ ਇੱਕ ਮੌਜੂਦ ਹੈ ਸਾਡੇ ਨਾਲ। ਕੀ ਨਾਮ ਹੈ ਤੁਹਾਡਾ ਬੇਟਾ? ਮਨਜੀਤ ਕੌਰ। ਤੁਹਾਡੀ ਜਿਹੜੀ ਪਿਛਲੀ ਪ੍ਰੀਖਿਆ ਤੁਸੀਂ ਧਾਰਮਿਕ ਦਿੱਤੀ ਸੀ, ਉਹਦੇ 'ਚ ਕੀ ਸਟੇਟਸ ਰਿਹਾ? ਉਹਦੇ ਵਿੱਚੋਂ ਮੈਂ ਪੂਰੇ ਪੰਜਾਬ ਵਿੱਚੋਂ ਫਸਟ ਆਈ ਸੀਗੀ। ਅਤੇ ਕਿਵੇਂ ਤੁਸੀਂ ਫਿਰ, ਮਤਲਬ ਤੁਹਾਨੂੰ ਘਰੋਂ ਪ੍ਰੇਰਨਾ ਮਿਲਦੀ ਕਿ ਸਕੂਲ ਤੋਂ, ਕਿ ਇੰਨਾ ਕਾਫੀ ਮਿਹਨਤ ਕਰਨੀ ਪੈਂਦੀ ਹੋਏਗੀ? ਹਾਂਜੀ, ਸਕੂਲ ਤੋਂ ਵੀ ਬਹੁਤ ਪ੍ਰੇਰਨਾ ਮਿਲਦੀ ਆ, ਘਰ ਤੋਂ ਵੀ ਮਿਲਦੀ ਆ। ਘਰ ਵਿੱਚ ਵੀ ਬੜਾ ਵਧੀਆ ਗੁਰਸਿੱਖੀ ਮਾਹੌਲ ਹੈਗਾ ਵਾ, ਸਾਰੇ ਅੰਮ੍ਰਿਤਧਾਰੀ ਹੈਗੇ ਸਾਡੇ ਘਰ ਵਿੱਚ। ਸਕੂਲ ਵਿੱਚ ਮਤਲਬ ਬਹੁਤ ਵਧੀਆ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ ਵਾ। ਸਕੂਲ ਵਿੱਚ ਸਾਨੂੰ ਪੜ੍ਹਨ ਲਈ ਬਹੁਤ ਵਧੀਆ ਮੌਕਾ ਦਿੱਤਾ ਜਾਂਦਾ ਵਾ, ਤਿਆਰੀ ਕਰਨ ਲਈ। ਐਗਜ਼ਾਮ ਹੁੰਦੇ ਆ ਨਾ ਜਾਂ ਧਾਰਮਿਕ, ਅਤੇ ਉਹ ਤੋਂ ਪਹਿਲਾਂ ਸਾਨੂੰ ਤਿਆਰੀ ਕਰਨ ਦਾ ਬਹੁਤ ਵਧੀਆ ਮੌਕਾ ਦਿੱਤਾ ਜਾਂਦਾ ਵਾ। ਹਾਂਜੀ, ਇਹਦੀ ਤਿਆਰੀ ਫਿਰ ਤੁਸੀਂ ਇੱਥੇ ਸਕੂਲ ਦੇ ਵਿੱਚ ਵੀ ਕੋਚਿੰਗ ਕੋਈ ਐਕਸਟਰਾ ਦਿੰਦੇ ਨੇ ਜਾਂ ਕਲਾਸ ਵਗੈਰਾ ਲੱਗਦੀ ਹੈ, ਕਿ ਜਾਂ ਆਪਣੇ ਤੌਰ 'ਤੇ ਜਿਹੜੀ ਤਿਆਰੀ ਸਾਰੇ ਬੱਚੇ ਕਰਦੇ ਨੇ? ਨਾ, ਸਾਰੇ ਐਡਮਿਨਟੀ ਟੀਚਰ ਸਾਨੂੰ ਕੋਚਿੰਗ ਦਿੰਦੇ ਆ, ਫਿਰ ਉਹ ਬਹੁਤ ਵਧੀਆ ਪੜ੍ਹਾਉਂਦੇ ਆ। ਜਿਹੜੀ ਚੀਜ਼ ਨਹੀਂ ਸਮਝ ਲੱਗਦੀ ਉਹਨਾਂ ਨੂੰ ਪੁੱਛੋ। ਹਾਂ, ਬਸ ਇਸ ਤਰ੍ਹਾਂ ਹੀ, ਮਤਲਬ ਵੱਖਰੀ ਤਿਆਰੀ ਕਰਵਾਈ ਜਾਂਦੀ ਸਾਨੂੰ ਜੋ ਵੀ ਧਾਰਮਿਕ ਸਿੱਖਿਆ ਦੀ ਆ। ਹਾਂਜੀ, ਮਤਲਬ ਡਿਵਿਨਿਟੀ ਦਾ ਤੁਹਾਡਾ ਅਲੱਗ ਰੈਗੂਲਰ ਚੱਲਦਾ ਹੈ, ਇਹ ਵੀਕਲੀ ਪੀਰੀਅਡਸ ਹੁੰਦੇ ਨੇ? ਨਹੀਂ, ਜਦੋਂ ਮਤਲਬ ਧਾਰਮਿਕ ਪ੍ਰੀਖਿਆ ਹੋਣ ਵਾਲੀ ਹੁੰਦੀ ਹੈ ਨਾ, ਉੱਤੋਂ ਥੋੜ੍ਹਾ ਚਿਰ ਪਹਿਲਾਂ ਜਿਹੜੀ ਨਾ ਸਾਨੂੰ ਫਿਰ ਤਿਆਰੀ ਕਰਵਾਈ ਜਾਂਦੀ ਉਹਦੀ। ਹਾਂਜੀ, ਅਤੇ ਇਹ ਜਿਹੜੇ ਇਨਾਮ ਫਿਰ ਮਿਲਦੇ ਨੇ ਹੁਣ ਤੁਹਾਨੂੰ, ਵਜ਼ੀਫੇ ਪ੍ਰਾਪਤ ਹੁੰਦੇ ਨੇ, ਇਹਨੂੰ ਕਿਵੇਂ ਤੁਸੀਂ ਯੂਟੀਲਾਈਜ਼ ਕਰਦੇ, ਕੀ ਕਰਦੇ ਹੋ? ਆਪਣੇ ਪੇਰੈਂਟਸ ਨੂੰ ਦੇ ਦਈਦੇ ਆ, ਫਿਰ ਉਹ ਜਿੱਦਾਂ ਚਾਹੁਣ ਉੱਦਾਂ ਯੂਟੀਲਾਈਜ਼ ਕਰ ਸਕਦੇ ਆ। ਸੋ ਬੱਚਿਆਂ ਦੇ ਵਿੱਚ ਉਤਸ਼ਾਹ ਤਾਂ ਜ਼ਰੂਰ ਵੱਧਦਾ, ਇਹ ਨਾਲੇ ਬੱਚਿਆਂ ਨੂੰ ਇਵੇਂ ਮਹਿਸੂਸ ਹੁੰਦਾ ਕਿ ਅਸੀਂ ਕੁਝ, ਕਿਉਂਕਿ ਪੇਰੈਂਟਸ ਤੋਂ ਸਾਰੇ ਬੱਚੇ ਹੀ ਲੈ ਕੇ ਵਰਤਦੇ ਨੇ, ਅਤੇ ਉਹਨਾਂ ਨੂੰ ਰਿਟਰਨ ਕਰਨ ਦੇ ਵਿੱਚ ਜੋ ਖੁਸ਼ੀ ਮਿਲਦੀ ਆ ਉਹ ਇਸ ਬੱਚੀ ਦੇ ਚਿਹਰੇ 'ਤੇ ਅਸੀਂ ਤੱਕੀ ਹੈ। ਸੋ ਕਾਫੀ ਅੱਛਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ, ਅਤੇ ਸਕੂਲ ਵੱਲੋਂ ਵੀ ਕਾਫੀ ਵੱਡਾ ਇਨੀਸ਼ੀਏਟਿਵ ਜਿਹੜਾ ਇਹ ਲਿਆ ਜਾਂਦਾ ਹੈ।